ਕੀ ਹਾਲ ਚਾਲ ਆ ਗਏ ਫੁੱਦੂ ਤੇ ਘੂਸੇ ਪ੍ਰੈਗਨੈਂਸੀ ਟ੍ਰੈਂਡ ਦੇ ਨਾਲ। ਤੁਹਾਨੂੰ ਪਤਾ ਹੈ ਜਦੋਂ ਜਨਾਨੀਆਂ ਪ੍ਰੈਗਨੈਂਟ ਹੁੰਦੀਆਂ ਇਹਨਾਂ ਨੇ ਵਲੌਗਾਂ ਦਾ ਗੁੱਲਾ ਚਾੜ ਹੀ ਦੇਣਾ ਵੀ ਅਸੀਂ ਦੱਸਣਾ ਜਵਾਕ ਕਿਵੇਂ ਜੰਮੀਦਾ। ਸੋ ਆਓ ਸ਼ੁਰੂ ਕਰੀਏ। ਕਿੱਥੇ ਆ ਗਿਆ? ਹਾਂਜੀ ਲੋਕ ਮੇਟਰੋ ਅੱਜ ਫੇਰ ਆ ਗਿਆ ਆਪਾਂ ਅੰਮ੍ਰਿਤਸਰ। ਅਸੀਂ ਆ ਬਾਹਰ ਤੋਂ ਫੜਿਆ ਨਹੀਂ ਜਾਣ ਡਿਆ ਇੱਧਰੋਂ। ਤੇ ਅੱਜ ਆਪਾਂ ਆਏ ਹਾਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਪਹਿਲਾਂ ਖਾਵਾਂਗੇ, ਕੁਝ ਖਾਣਾ ਪਾਣੀ ਖਾ ਲਈਏ। ਫੜੋਂਗੇ ਫੋਨ? ਫੜ ਲਾ ਫੋਨ, ਹੁਣ ਕਦੋਂ ਫੜੇਗਾ? ਜਦੋਂ ਜਵਾਕ ਬਾਹਰ ਆ ਗਿਆ ਉਦੋਂ ਫੜੇਗਾ। ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਵੀ ਇੰਨੀ ਤਾਂ ਵਲੌਗ ਬਣਾਉਣਾ ਇੰਨਾ ਜ਼ਰੂਰੀ ਹੈ। ਜਵਾਕ ਜੰਮੋ, ਵਧੀਆ ਖਾਓ ਪੀਓ, ਬਸ ਤੂੰ ਵਲੌਗ ਬਣਾ ਲਾ। ਜਿਹੜੇ ਆਹ ਵਿਊ ਆ ਜਾਣੇ ਇਹ ਦੁਬਾਰਾ ਨਹੀਂ ਆਉਣੇ। ਜਵਾਕ ਹੀ ਰੋ ਜੰਮਦੇ ਆ। ਨਹੀਂ ਨਹੀਂ ਲੈ, ਕੰਟੈਂਟ ਜ਼ਰੂਰੀ ਹੈ। ਫਿਰ ਕਈ ਲੋਕ ਆਖਣਗੇ ਨਹੀਂ ਨਹੀਂ ਸਾਡੀ ਮੈਂਬਰੀ ਹੈ ਅਤੇ ਅੰਨੀ ਤਾਂ ਸਾਂਭ ਲਓ ਇਹਨੂੰ ਫੋਨ ਦੇ ਵਿੱਚ, ਫਿਰ ਨੈੱਟ 'ਤੇ ਪਾਉਣਾ ਜ਼ਰੂਰੀ ਹੈ। ਫਿਰ ਇਹ ਬਸ਼ਰਮ ਆਖੂਗਾ ਸਾਨੂੰ ਲੋਕ ਬੋਲਦੇ ਆ। 3-4 ਵੀਡੀਓ ਪਾਈਆਂ ਨੇ ਜਨਾਨੀ ਲੰਬੀ ਪਈ ਬੈੱਡ 'ਤੇ, ਸਾਰਾ ਕੁਛ ਵਿਖਾ ਦੇ ਉਹਦਾ। ਇਹਨਾਂ ਨੂੰ ਕੋਈ ਸ਼ਰਮ ਨਹੀਂ, ਇਹ ਹੋ ਚੁੱਕੇ ਆ ਬਸ਼ਰਮ। ਇਹਨਾਂ ਨੂੰ ਹਲੇ ਹੋਸਪਿਟਲ 'ਚ ਆਪਸ਼ਨ ਨਹੀਂ ਮਿਲਦੀ ਕਿ ਡਾਕਟਰ ਸਾਹਿਬ ਜਵਾਕ ਅੰਦਰੋਂ ਵਿਖਾ ਸਕਦੇ ਆ, ਤੁਹਾਡੀ ਸਕੈਨਿੰਗ ਵਾਲੀ ਮਸ਼ੀਨ ਨਹੀਂ ਜਾਂਦੀ ਤਾਂ ਸਾਡਾ ਵਲੋਗਿੰਗ ਵਾਲਾ ਟ੍ਰਾਈਪੋਡ ਚੱਲ ਜੂਗਾ। ਵੀ ਮੈਂ ਵਿਖਾ ਦਾਂ, ਮੇਰੀ ਆਡੀਅੰਸ ਨੇ ਜਵਾਕ ਕੀ ਕਰਦਾ ਫਿਰਦਾ ਅੰਦਰ। ਡਰ ਕਾਹਦਾ ਲੱਗਣਾ ਨੀ ਦਿਓ, ਤੁਹਾਡਾ ਵਲੌਗ ਨਿਕਲਣਾ ਦੱਸ ਲੈ, ਕਾਕਾ ਨੀ ਆਉਣਾ ਕੰਟੈਂਟ ਆਉਣ ਵਾਲਾ ਕਰੇ ਜੀਤਨੇ ਵਾਲੇ। ਜਨਾਨੀ ਦਿਖਾ ਦਿਖਾ ਵੀ ਉਹ ਖਾਣ ਨੂੰ ਘੂਸਾ ਕਹਿੰਦੇ ਆ। ਅੱਛਾ ਜਦੋਂ ਖੂਨ ਨਿਕਲ ਡਿਆ ਉਦੋਂ ਉਹਨੇ ਨਾ ਸਾਰੀ ਸ਼ੀਸ਼ੀ ਮੇਰੇ ਤੋਂ ਡੋਲ ਕੇ ਮੇਰੇ ਡਰ ਗਈ। ਚਲੋ ਵੀ ਮਿੱਠੋ ਆਪੇ ਨਾਨ ਆ ਚੁੱਕੇ ਨੇ ਗਰਮਾ ਗਰਮ। ਜਨਾਨੀ ਦੇ ਖੂਨ ਨਿਕਲੀ ਜਾਂਦਾ, ਹਲੇ ਵੀ ਨਾਨ ਦੇ ਨੱਟ ਕੱਢਣ ਲੱਗੀ ਹੈ। ਹੁਣ ਤਾਂ ਚੱਜ ਦਾ ਖਾਲਾ, ਸਾਰਾ ਸਾਲ ਤਾਂ ਗੰਦ ਹੀ ਖਾਧਾ, ਹੁਣ ਚੱਜ ਦਾ ਮੈਸੇਜ ਦੇ ਦੇ ਲੋਕਾਂ ਨੂੰ। ਠੀਕ ਹੈ ਪ੍ਰੈਗਨੈਂਟ ਹੋਈ ਹੈ ਵਲੌਗ ਬਣਾਉਂਦੀ ਹੈ, ਤੂੰ ਐਂ ਆਖ ਗਾਇਜ਼ ਮੇਰੇ ਕੋਲ ਗਲਤੀ ਹੋਈ ਹੈ, ਮੈਂ ਵਧੀਆ ਵਧੀਆ ਵਲੌਗ ਪਾਉਣਾ ਚਾਹੁੰਦੀ ਹਾਂ, ਆਹ ਖਾਇਆ ਕਰੋ ਇਹਦੇ ਨਾਲ ਪ੍ਰੈਗਨੈਂਸੀ, ਆਏ ਹੁੰਦੀ ਆਏ ਹੁੰਦੀ। ਨਹੀਂ ਐਣ 'ਚੋਂ ਨਾਨ ਖਾਈ ਜਾਂਦੇ, ਛੇਕੂ ਦਾ ਮੈਸੇਜ ਛੱਡਣਾ ਲੋਕਾਂ ਨੂੰ ਇਹਨਾਂ ਨੇ। ਅਸੀਂ ਖਾਣ ਲੱਗੇ ਹਾਂ ਰੋਟੀ ਪਾਣੀ ਅਤੇ ਤੁਸੀਂ ਨਾਲ ਆਪਣੇ ਸਲਾਦ ਗਰਮਾ ਗਰਮ ਚਟਨੀ ਦੇ ਨਾਲ। ਨਹੀਂ ਨਹੀਂ ਦਿੰਦਾ ਭੈਣ ਚੋ, ਨਾਲ ਦੇ ਨਾਲ ਗੁੱਲਾ ਚਾੜ ਦਿੰਦਾ, ਉਹਦੇ ਰਿਵਿਊ ਲੈਣ ਲੱਗ ਗਿਆ। ਦੱਸ ਲੈ ਤੂੰ ਕੀ ਪਹਿਲੀ ਵਾਰੀ ਖਾਧੇ ਆ? ਨਿਊਯਾਰਕ ਤੋਂ ਆਇਆ ਕੀ? ਮੈਦਾ ਨਹੀਂ ਵੇਖਿਆ ਕਦੇ ਭੈਣ ਦੇ ਯਾਰ, ਤੂੰ 20 ਵਾਰੀ ਖਾਧੇ ਹੋਣੇ ਆ। ਨਹੀਂ ਕਿੱਦਾਂ ਲੱਗੇ ਦੱਸ? ਸਾਲਿਆ ਸਾਰਾ ਦਿਹਾੜੀ ਤਾਂ ਗੰਦ ਖਾਂਦੀ ਰਹਿੰਦੀ ਉਹ, ਹਜੇ ਉਹਨੂੰ ਪੁੱਛੀ ਜਾਂਦਾ ਕਿੱਦਾਂ ਲੱਗੇ। ਹਾਂਜੀ ਭੈਣ ਚੋ, ਏਡੇ ਬਸ਼ਰਮ ਹੈ ਨਾ। ਸ਼ੁਕਰ ਆ ਯੂਟਿਊਬ 'ਤੇ 18+ ਵਾਲੀਆਂ ਰਿਸਟ੍ਰਿਕਸ਼ਨਸ ਹੈਗੀਆਂ, ਨਹੀਂ ਤਾਂ ਸਾਲੇ ਨੇ ਨਹਾਉਂਦੀ ਵੀ ਵਿਖਾ ਦੇਣੀ ਸੀ। ਐਡੇ ਬਸ਼ਰਮ ਹੋਏ ਪਏ ਇਹ, ਇਹਨਾਂ ਨੂੰ ਕੋਈ ਸ਼ਰਮ ਨਹੀਂ, ਇਹਨਾਂ ਦੇ ਭਾਣੇ ਤਾਂ ਇਹ ਫੈਮਿਲੀ ਕੰਟੈਂਟ ਹੈ। ਕੋਈ ਚੱਕਰ ਨਹੀਂ, ਫਿਰ ਕੀ ਬੈੱਡ 'ਤੇ ਪਈ ਹੈ ਤਾਂ, ਸਾਈਡ ਤੋਂ ਵੀਡੀਓ ਲਵਾਂਗਾ। ਵੇਖੋ ਥੰਬਨੇਲ ਵੇਖੋ ਇਹਦਾ, ਇੱਕ ਵੀਡੀਓ ਪਾਈ ਇਹਨੇ, ਇਹਦੇ ਵਿਊ ਆ ਗਏ, ਉਸ ਤੋਂ ਬਾਅਦ ਇੰਨੀ ਦਿਨੇ ਫਿਰ ਵਲੌਗ ਪਾਤਾ ਵੀ ਦੱਸ। ਡਾਕਟਰ ਨੇ ਵਿੱਚ ਕਾਹਤੋਂ ਖੜਾਈ ਜਾਂਦੀ, ਤਾਂ ਤੇਰੀ ਭੂਆ ਦੀ ਕੁੜੀ ਹੈ। ਲੋ ਮਿੱਤਰੋ, ਕਹਿੰਦੇ ਰੀਤ ਨੂੰ ਚੜ੍ਹ ਰਹੀ ਹੈ, ਲੱਗਾ ਹੋਇਆ ਉਹਨੂੰ
ਵੇਟ ਕਰਨ ਨੂੰ ਕਿੱਥੇ, ਇੱਥੇ ਟੱਟੀ 'ਚ ਕਰਨ ਨੂੰ ਆਖਿਆ, ਉਹ ਕੀ ਕਹਿੰਦੇ ਟੱਟੀ 'ਚ ਖੜ ਜਾ ਕੇ, ਬਾਹਰ ਬੁਹਰ ਭਾਇਆ ਹੋਊਗਾ ਤੈਨੂੰ ਕਿਤੇ, ਫਲੱਸ਼ਾਂ ਵੀ ਨਹੀਂ ਛੱਡਦੇ, ਬਣਾ ਲਓ ਜਿੱਥੇ ਵਲੋਗ ਬਣਾਉਣੇ ਆ ਬਸ ਦੱਬੀ ਚੱਲੋ ਕੰਮ। ਲੋਕਾਂ ਨੂੰ ਪਤਾ ਢਿੱਡ ਵੇਖ ਕੇ ਹੀ ਲੋਕਾਂ ਨੇ ਕਲਿੱਕ ਕਰਨਾ ਵੀ ਵਿੱਚ ਵਲੋਗ ਦੇ ਹੈ ਕੀ ਹੈ, ਇਹ ਭਾਵੇਂ ਫਲੱਸ਼ਾਂ 'ਚ ਖੜਾ ਭਾਵੇਂ ਖੜਾ ਲਿੱਦ 'ਤੇ, ਇਹਦਾ ਕੋਈ ਤੂੰ ਲੈਣ ਦੇਣਾ ਨਹੀਂ, ਨਹੀਂ ਵਲੋਗ ਵੱਡਾ ਕਰਨ ਦੇ ਤਰੀਕੇ ਆ ਬਸ, ਦੱਬੀ ਚੱਲੋ ਕੰਮ। ਸਾਰੀ ਦਿਹਾੜੀ ਹੋਸਪਿਟਲ 'ਚ ਲੰਘਣੀ, ਮੈਨੂੰ ਲੱਗਦਾ ਸ਼ਾਮਾਂ ਪੈ ਗਈਆਂ, ਸ਼ਾਮਾਂ ਨੂੰ ਜਾਵਾਂਗੇ ਘਰ ਰਾਤ ਨੂੰ। ਉਹ ਮੇਰੇ ਰੀਤ ਨੂੰ ਡ੍ਰਿਪ ਲੱਗੀ ਹੋਈ ਆ, ਫੋਨ ਚੜ੍ਹਦਾ ਪਿਆ, ਫੋਨ ਕੱਟਦਾ ਉਹਦਾ, ਉਹਦਾ ਹਸਪਤਾਲ ਵਾਲੇ ਵੀ ਬੰਦ ਕਰਕੇ ਚਲੇ ਗਏ ਸਾਰਾ ਕੁਛ। ਇੱਥੇ ਵੀ ਚੱਲ, ਇੱਥੇ ਵੀ ਚੱਲ, ਸ਼ਾਂਤੀ ਹੋਈ ਪਈ। ਮੈਂ ਇਕੱਲਾ ਹੀ ਬੈਠਾ ਅਤੇ ਮੀਂਹ ਪੈ ਰਿਹਾ ਬਾਹਰ, ਯਾਰ ਮੇਰੀ ਬਣੀ ਰਿਹਾ ਵਲੋਗ ਨਾਲ, ਵਲੋਗ ਇੰਨਾ ਸ਼ੂਟ ਨਹੀਂ ਹੋਇਆ ਕਿਉਂਕਿ ਇਹਨਾਂ ਦਾਖਲ ਕਰ ਲਿਆ ਰੀਤ ਨੂੰ ਐਡਮਿਟ, ਕਹਿੰਦੇ ਡ੍ਰਿਪਾਂ ਲੱਗਣੀਆਂ ਨੇ, ਖੂਨ ਘੱਟ ਹੈ, ਇਸ ਕਰਕੇ ਮੈਂ ਬਾਹਰ ਬੈਠਾ, ਮੈਨੂੰ ਅੰਦਰ ਜਾ ਨਹੀਂ ਦਿੰਦੇ, ਕਹਿੰਦੇ ਲੇਡੀਜ਼ ਵਾਰਡ ਆ। ਲੇਡੀਜ਼ ਦੇ ਲੱਗਦੇ ਆ ਕੂਲਿਪ ਵੀ ਕੱਢ ਲਿਆ ਕਰ ਬਾਹਰ, ਬੋਲੀ ਘੁੱਟੀ ਇੰਨਾ ਬੈਠਾ ਨਹੀਂ ਦਿਆ ਉੱਥੇ ਹੋਸਪਿਟਲ 'ਚ, ਜਿੰਨਾ ਨਹੀਂ ਤੇਰੀ ਅੰਦਰ ਐਡਮਿਟ ਹੈ ਬਾਹਰ ਕੂਲਿਪਾਂ ਲਾ ਕੇ ਬੈਠਾ, ਬੁੱਲ ਘੁੱਟੀ ਇੰਨਾ, ਕੋਈ ਚੱਜ ਦਾ ਕੰਮ ਨਹੀਂ ਕਰਨਾ ਦਾ ਤੁਹਾਨੂੰ, ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਨਹੀਂ ਪਤਾ ਗਾਇਜ਼ ਹੈ ਜਿਹੜੀ ਆਪਣੇ ਲੱਗਣ ਲੱਗੀ ਆ ਉਹ ਡ੍ਰਿਪ ਲੱਗਣ ਲੱਗੀ ਹੈ ਤਾਂ ਕਹਿੰਦੇ ਡ੍ਰਿਪ ਲਾ ਦਿੰਦੇ ਆ, ਖੁੱਲ੍ਹ ਕੇ ਬੋਲਿਆ ਕਰ ਜਿਹਨੇ ਬੋਲਣਾ। ਆਪਾਂ ਬੈਠੇ ਬੈਠੇ ਬੋਰ ਹੋਣ ਡੇ ਅਤੇ ਨੀਂਦ ਆਉਣ ਡੀ, ਮੈਂ ਘੁੱਟ ਘੁੱਟ ਚਾਹ ਪੀ ਲਈ ਹੈ ਅਤੇ ਆਪਾਂ ਚਾਹ ਲੈਂਦੀ ਆ ਵੀ ਦਸਾਂ ਦਾ ਕੱਪ, ਅਤੇ ਚਾਹ ਲੈਂਦੇ ਲੈਂਦੇ ਇੱਥੇ ਥੋੜ੍ਹੀ ਜਿਹੀ ਇੱਕ ਵਾਰਦਾਤ ਹੋ ਗਈ, ਤਾਂ ਵੀ ਲੋਕਾਂ ਨੂੰ ਨਾ ਜਮ੍ਹਾਂ ਹੀ ਅਕਲ ਨਹੀਂ ਹੈਗੀ, ਜਮ੍ਹਾਂ ਹੀ ਅਕਲ ਨਹੀਂ ਹੈਗੀ। ਇੱਥੇ ਇੱਕ ਹੋਰ ਭਰਾ ਮੇਰਾ ਨਾ ਚਾਹ ਲੈਣ ਆਇਆ, ਅਤੇ ਚਾਹ ਵਾਲੇ ਨੂੰ ਕਹਿੰਦਾ ਕਿ ਉਹ ਤੇਰੇ ਭਰਾ ਨੇ ਜਗਾੜ ਲੈਣ ਤਾ, ਮਤਲਬ ਕਿ ਉਹਦੇ ਭਰਾ ਦੀ ਘਰ ਵਾਲੀ ਵੀ ਜਗਾੜ ਲੈਣ ਤਾ। ਯਾਰ ਬੋਲਣ ਲਈ ਅਕਲ ਜਮ੍ਹਾਂ ਨਹੀਂ ਅਕਲ ਹੈਗੀ, ਭੁੱਲ ਹੀ ਗਏ ਲੋਕ ਕਿੱਦਾਂ ਬੋਲ, ਅਕਲ ਵਾਕਈ ਹੈ ਨਹੀਂ ਤੈਨੂੰ ਬਹੁਤ ਹੈ। ਇਸ ਘੂਸੇ ਨੇ ਇੱਕ ਵੀਡੀਓ ਪਾਈ, ਇਹਨੂੰ ਪਤਾ ਲੱਗਿਆ ਉੱਥੇ ਵਿਊ ਆ ਗਏ ਵੀ ਮੇਰੀ ਜਨਾਨੀ ਲੰਬੀ ਪਈ ਹੈ, ਮੈਂ ਵਿਖਾਈ ਹੈ ਥੰਬਨੇਲ 'ਚ, ਅਤੇ ਉਦੋਂ ਬਾਅਦ ਫਿਰ ਲਾ ਤੀ ਇਹਨੇ ਇੱਕ ਹੋਰ ਵੀਡੀਓ, ਵੇਖੋ ਵੀਡੀਓ ਪਾਤੀ। ਹੁਣ ਜਿੰਨਾ ਚਿਰ ਜਵਾਕ ਨਹੀਂ ਜੰਮਦਾ ਇਹਨੇ ਆਹੀ ਲੱਛਣ ਖਿਲਾਰਨੇ ਆ, ਫਿਰ ਆਖਦੇ ਸਾਨੂੰ ਬੋਲਦੇ ਕਿਉਂ, ਤੁਹਾਨੂੰ ਆਪ ਨੂੰ ਸ਼ਰਮ ਨਹੀਂ ਆਉਂਦੀ? ਬੇਅਕਲ ਹੋ ਗਿਆ ਭੈਣ ਦਾ ਯਾਰ, ਸਾਡੇ ਸਕੈਨ ਦੀ ਫੋਟੋ ਵੀ ਲਾ ਦਿੰਦੇ ਥੰਬਨੇਲ 'ਚ, ਵੇਖੋ ਗੈਸ ਕਾਕਾ ਕੀ ਕਰਦਾ ਫਿਰਦਾ, ਫੁੱਟਬਾਲ ਖੇਡਦਾ ਅੰਦਰ, ਜਨਾਨੀ ਦੀ ਵੀਡੀਓ ਬਣਾ ਬਣਾ ਥੰਬਨੇਲ ਨਾਲ, ਸੋਚਣਾ ਚਾਹੀਦਾ ਵੀ ਉਹ ਘਰ ਦੀ ਨੂੰਹ ਆ ਸਾਲੇ, ਉਹ ਕੰਟੈਂਟ ਨਹੀਂ ਗੀ, ਉਹ ਜਿਹੜਾ ਜਵਾਕ ਜੰਮਣਾ ਉਹ ਤੇਰਾ ਪੁੱਤਰ ਆ, ਤੇਰੀ ਧੀ ਹੈ, ਫਿਰ ਇਹਨਾਂ ਨੇ ਮੂੰਹ ਦਿਖਾਈ ਵਾਲੇ ਵਲੋਗ ਪਾਉਣ ਲੱਗ ਜਾਣੇ ਆ। ਚਿੱਤਰ ਪੈ ਕੇ ਵਧੀਆ ਕੀਤਾ, ਮੈਂ ਤਾਂ ਕਹਿੰਦਾ ਬਹੁਤ ਵਧੀਆ ਭਰਾ ਦੇ ਕੰਮ ਕੀਤਾ। ਲਓ ਵੀ ਮਿੱਤਰੋ, ਚਾਰ ਤੋਂ ਉੱਤੇ ਟਾਈਮ ਹੋ ਗਿਆ ਯਾਰ, ਉੱਤੋਂ ਮੀਂਹ ਪੂਰਾ ਪਈ ਜਾਂਦਾ ਸਵੇਰ ਦਾ ਮਾੜਾ ਮਾੜਾ, ਨਹੀਂ ਤਾਂ ਭੌਂਕ ਤੇ ਲੱਕ ਬੰਨਿਆ, ਚਾਹ 'ਚ ਕੀ ਕੋਲਾ ਪਿਆ, ਬੋਲੀ ਜਾਂਦਾ ਉੱਥੇ ਬੈਠਾ ਨਹੀਂ ਬੋਲਣ 'ਚ, ਬੋਲਣਗੇ ਇਹਨੂੰ ਪਤਾ ਲੋਕ ਗਾਲਾਂ ਕੱਢਣਗੇ ਇਹਨੂੰ, ਹੁਣ ਗੰਦ ਪਾਉਣ 'ਤੇ ਫਿਰ ਲੱਕ ਬੰਨਿਆ ਨੇ, ਇਹਦਾ ਦੂਜਾ ਥੱਥਾ ਉਹ ਵੀ ਇਹੀ ਕੰਮਾਂ 'ਤੇ ਆਇਆ ਖੜਾ। ਠੀਕ ਆ, ਭੈਣ ਚ ਕਿੱਡੇ ਬੇਸ਼ਰਮ ਹੋ ਗਏ ਆ, ਅੰਨੀ ਦਿਆ ਜੇ ਹਾਲ ਚਾਲ ਹੀ ਪੁੱਛਣਾ ਕੈਮਰਾ ਬੰਦ ਕਰਕੇ ਪੁੱਛ ਲਾ, ਕਿੱਡਾ ਕੁ ਜ਼ਰੂਰੀ ਹੈ ਕੈਮਰਾ ਔਨ ਕਰਨਾ ਤੁਹਾਡੀ ਜ਼ਿੰਦਗੀ 'ਚ, ਬਹੁਤ ਜ਼ਿਆਦਾ ਇਹ ਨਾ ਹੁੰਦਾ ਤਾਂ ਸਾਡੇ ਜਵਾਕ ਹੀ ਨਾ ਹੁੰਦਾ, ਸ਼ੁਕਰ ਆ ਉਦੋਂ ਨਹੀਂ ਕੈਮਰਾ ਲਾਇਆ ਇਹਨੇ, ਕੀ ਪਤਾ ਲਾਇਆ ਹੋਵੇ, ਰੱਖੀ ਬੈਠਾ ਹੋਵੇ ਸਾਂਭ ਕੇ, ਜਦੋਂ ਬਿਗ ਬੋਸ 'ਚ ਜਾਣਾ ਹੋਇਆ ਗੋਪੀ ਵਾਂਗੂ ਲੀਕ ਕਰ ਦੂੰਗਾ। ਆਈਫੋਨ 'ਚ ਬਣੀ ਵੀ ਹੈ ਨਾ ਕਲੈਰਿਟੀ ਐਚ ਡੀ ਹੋਣੀ ਚਾਹੀਦੀ ਹੈ, ਕਿੱਡਾ ਫੁੱਦੂ ਕੰਮ ਹੈ, ਬਸ ਸਾਰੀ ਦੁਨੀਆ ਕੋਲ ਆਈਫੋਨ ਹੈ, ਜਦੋਂ ਵੀਡੀਓ ਲੀਕ ਹੁੰਦੀ ਹੈ ਭੈਣ 'ਚ ਕੁਆਲਿਟੀ ਨਹੀਂ ਹੁੰਦੀ ਉਹਨਾਂ ਦੀ, ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਇਹ।
ਠੀਕ ਆ ਨਿਆਣੇ ਰੋਣਾ ਹੀ ਆ ਲਓ ਮਿੱਤਰੋ ਇੰਨੀ ਕੁ ਰਹਿ ਗਈ ਬਸ ਘੰਟਾ ਤੇਰਾ ਵੀ ਇੱਦਾਂ ਰੋਣਾ ਟੈਨਸ਼ਨ ਆ ਤਿੰਨ ਮਹੀਨੇ ਰਹਿ ਗਏ ਤੇ ਦੇਖ ਲਿਓ ਇਸ ਘੂਸੇ ਨੇ ਤਿੰਨ ਮਹੀਨੇ ਬੈੱਡ 'ਤੇ ਪਾਈ ਰੱਖਣੀ ਇਹ ਅਤੇ ਇਹਦੇ ਥੰਮਣੇ ਲਾ ਲਿਆ ਵਿਊ ਖਾਣੇ ਇਸ ਬਸ਼ਰਮ ਨੇ ਫਿਰ ਇਹ ਆਉਂਦੇ ਸਾਨੂੰ ਬੋਲਦੇ ਕਿਉਂ ਤੁਹਾਨੂੰ ਇਹ ਨਹੀਂ ਸ਼ਰਮ ਆਉਂਦੀ ਤੇਰੀ ਜਨਾਨੀ ਪ੍ਰੈਗਨੈਂਟ ਆ ਯਾਰ ਕੋਈ ਚੱਕਰ ਨਹੀਂ ਤੂੰ ਵਲੋਗ ਬਣਾ ਤੇਰੀ ਜਨਾਨੀ ਵਲੋਗ ਬਣਾ ਲਏ ਕਿੱਦਾਂ ਕਿਹੜਾ ਫੂਡ ਖਾਣਾ ਚਾਹੀਦਾ ਕਿਹੜਾ ਨਹੀਂ ਖਾਣਾ ਚਾਹੀਦਾ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਕਿਹੜੀਆਂ ਨਹੀਂ ਮੇਰੀ ਜਰਨੀ ਨੂੰ ਭੈਣ ਜਦੋਂ ਪੈਰਿਸ ਟ੍ਰਿਪ ਕੱਟਿਆ ਇਹ ਕਿ ਉੱਦਾਂ ਹੀ ਮੈਸੇਜ ਛੱਡ ਲਾ ਕੋਈ ਚੱਜ ਦਾ ਨਹੀਂ ਨਾਣ ਖਵਾਈ ਜਾਂਦਾ ਉਹਨੂੰ ਕੀ ਬਾਹਰ ਭੈਣ ਚੋਂ ਮੈਦਾ ਹੀ ਆਊਗਾ ਹਾਂਜੀ ਬਿਮਾਰ ਹੋ ਗਏ ਜੀ ਚੱਟੀਆਂ ਲੱਗੀਆਂ ਵੀ ਇਹ ਭੈਣ ਦਿਆ ਯਾਰ ਪੁੱਛਣ ਵਾਲੀ ਚੀਜ਼ ਹੈ ਬੁਗੜੀ ਤੂੰ ਸੱਚੀ ਘੂਸਾਂ ਤੇਰਾ ਕੋਈ ਤੋੜ ਨਹੀਂ ਘੂਸੀਆਂ ਭੁਰਨ 'ਚ ਲਓ ਵੀ ਮਿੱਤਰੋ ਹੁਣ ਘਰ ਜਾਣ ਦੀ ਵਾਰੀ ਆ ਗਈ ਗੁੱਲੂ ਗੁੱਲ ਵਾ ਲਿਆ ਖੂਨ ਚੜ੍ਹਾ ਲਿਆ ਖੂਨ ਕੁੜੀ ਨੇ ਚੜ੍ਹ ਗਿਆ 5 ਗ੍ਰਾਮ ਲਓ ਵੀ ਹੈਂ ਹੋਰ ਖਾਓ ਮੋਮਸ ਹੋਰ ਖਾਓ ਫਾਸਟ ਫੂਡ ਬੜਾ ਰੋਕਿਆ ਸੀ ਨਾ ਖਾਓ ਨਤੀਜੇ ਲਿਆ ਲਿਆ ਵੀ ਇੰਨੀ ਦੇ ਤੂੰ ਹੀ ਦਿੰਦਾ ਸੀਗਾ ਉਦੋਂ ਤੈਨੂੰ ਪਤਾ ਨਹੀਂ ਸੀ ਕੀ ਕੁਛ ਹੋਊਗਾ ਤੇ ਹੁਣ ਕਹਿੰਦਾ ਨਹੀਂ ਨਹੀਂ ਟ੍ਰਿਪ ਚੜ੍ਹਦੀ ਪਈ ਹੈ ਲੈ ਹਜੇ ਤਾਂ ਬਹੁਤ ਕੁਛ ਚੜੂਗਾ ਵਲੋਗਿੰਗ ਵਲੋਗਿੰਗ ਚੜੂਗੀ ਚੜ੍ਹਾਈ ਚੜੂਗੀ ਥੰਬਨੇਲ ਤੇ ਵਿਊ ਚੜਨਗੇ ਓ ਸੋਰੀ ਵੀਡੀਓ ਤੇ ਵਿਊ ਚੜਨਗੇ ਬੋਂਦਲ ਗਿਆ ਪਤਾ ਨੇ ਫਿਰ ਵਲੋਗ ਪਾਤਾ ਉਸ ਤੋਂ ਬਾਅਦ ਫਿਰ ਇਹਨੇ ਬੈੱਡ ਤੇ ਪਈ ਦੀ ਫੋਟੋ ਲਾਤੀ ਰੀਤ ਨੂੰ ਕਰਾਇਆ ਯੂਮਿਟ ਚੱਲ ਜੋ ਵੀ ਆ ਆਈਲੈਟਸ ਕੋਈ ਵਧੀਆ ਸੈਂਟਰ 'ਚ ਕਰਦੇ ਪਏ ਤਾਂ ਥੋੜ੍ਹੀ ਜਿਹੀ ਹੋ ਜਾਂਦੀ ਦਿੱਕਤ ਅੱਛਾ ਰੀਤ ਨੂੰ ਕਰਾਇਆ ਤੇ ਤੂੰ ਕੀ ਕੀਤਾ ਉੱਥੇ ਇਹਨੇ ਦੀ ਜਾ ਕੇ ਕੂਲੀ ਪਾ ਲਾ ਕੇ ਬਾਹਰ ਬਹਿ ਗਿਆ ਜ਼ਿਆਦਾ ਕੱਪ ਪੀ ਲਈਏ ਗਾਇਸ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਹਾਂ ਭੈਣ 'ਚੋਂ ਆਪਦੀ ਜਨਾਨੀ ਭਾਵੇਂ ਬੈੱਡ 'ਤੇ ਪਈ ਲਾਈ ਜਾਓ ਨੈੱਟ 'ਤੇ ਫੋਟੋਆਂ ਨਾਲ ਕੋਈ ਚੱਕਰ ਨਹੀਂ ਪਰ ਗਲਤ ਨਾ ਬੋਲੋ ਕਿਸੇ ਨੂੰ ਅੱਜ ਦੇ ਦਿਨ ਦੀ ਰਾਤ ਦੇ ਵਲੋਗ ਦੀ ਕਰਤੀ ਆਪਾਂ ਸ਼ੁਰੂਆਤ ਅਤੇ ਅੱਜ ਫਿਰ ਆਪਾਂ ਚੱਲੇ ਹਾਂ ਹੋਸਪਿਟਲ ਅਤੇ ਹੋਸਪਿਟਲ ਲੱਗਣੀ ਹੈ ਰੀਤ ਨੂੰ ਬੋਤਲ ਡਾਕਟਰ ਨੂੰ ਆਖ ਮੇਰੇ ਵੀ ਇੱਕ ਬੋਤਲ ਲਾ ਦੇ ਜਾਂ ਮੇਰੇ ਪਾ ਦੇ ਕਿਸੇ ਪਾਸੇ ਵੀ ਮੈਂ ਭੈਣ 'ਚੋਂ ਘੂਸੀਆਂ ਭੋਰਨੋਂ ਹਟ ਜਾਂ ਨਹੀਂ ਤਾਂ ਤੁਹਾਡਾ ਹੀ ਬਿੜਾ ਗਰਕ ਹੋਇਆ ਰਹਿਣਾ ਉਸਮੇ ਖੂਨ ਘੱਟ ਆ ਅਤੇ ਖੂਨ ਦੀ ਕਮੀ ਆ ਇਸ ਕਰਕੇ ਖੂਨ ਪੂਰਾ ਕਰਨ ਲਈ ਡੇਲੀ ਇੱਕ ਦਿਨ ਛੱਡ ਕੇ ਹੋਸਪਿਟਲ ਜਾਣਾ ਹੀ ਪੈਣਾ ਵਾ ਇਹ ਤਾਂ ਆਪੇ ਹੀ ਆਉਣੀ ਆ ਸਾਰਾ ਦਿਨ ਤਾਂ ਗੰਦ ਖਾਣ 'ਤੇ ਲੱਕ ਬੰਨਿਆ ਹੁੰਦਾ ਸੀਗਾ ਇਹਦਾ ਟੈਸਟ ਕਰਾਓ ਇਹਦੇ ਖੂਨ ਘੱਟ ਆਉਣਾ ਮੋਮੋਸ ਦੀ ਚਟਨੀ ਜ਼ਿਆਦਾ ਨਿਕਲਣੀ ਅੰਦਰੋਂ ਮੇਨਿਸ ਬਹੁਤ ਜ਼ਿਆਦਾ ਨਿਕਲੂਗੀ ਇਹਦੇ ਅੰਦਰੋਂ ਤਾਂ ਹਾਂ ਮੇਰੀ ਬੁਗੜੀ ਕੀ ਖਾਂਦੀ ਸੀ ਉਦੋਂ ਗੋਲ ਗੱਪੇ ਮੰਗਾਉਂਦੀ ਸਾਲਾ ਬਰਗਰ ਵੀ ਨਾਲ ਲੈ ਜਾਂਦਾ ਸੀ ਕੰਟੈਂਟ ਦਾ ਮਾਰਾ ਰੋਜ਼ ਜਾਣਾ ਡੇਲੀ ਜਾਣਾ ਹੁੰਦਾ ਅਤੇ ਇਸ ਕਰਕੇ ਨਹੀਂ ਬਣਦਾ ਨਹੀਂ ਇੱਕ ਵੇਲਾ ਹੋਸਪਿਟਲ 'ਚ ਤਾਂ ਜਮ੍ਹਾਂ ਨਹੀਂ ਫੋਨ ਅਲਾਊਡ ਨਹੀਂ ਨਾ ਹੈਗਾ ਉੱਥੇ ਜਿੰਨਾ ਕਿ ਕੱਢ ਲਈਦਾ ਬਣਾ ਲਈਦਾ ਬਸ ਕਿਉਂਕਿ ਫਿਰ ਐਵੇਂ ਅਗਲਿਆਂ ਕੋਲ ਸੁਣਾਂਗੇ ਕਿ ਚਾਰ ਹੈ ਨਾ ਫਿਰ ਚੰਗਾ ਲੱਗਦਾ ਇਸ ਕਰਕੇ ਜਿੰਨਾ ਕਿ ਛੂਟ ਹੁੰਦਾ ਆਪਾਂ ਕਰ ਲਈਦਾ ਬਾਕੀ ਇਹੋ ਜਿਹੀ ਚੀਜ਼ ਚਾਹੀਦੀ ਨਹੀਂ ਛੂਟ ਕਰਨੀ ਪਰ ਕੋਈ ਨਹੀਂ ਰੀਤ ਦਾ ਮਨ ਲੱਗਾ ਰਹਿੰਦਾ ਭੈਣ ਚੋਦਾ ਲੱਛਣ ਨਾ ਕਰ ਜੇ ਤੇਰਾ ਮਨ ਲੱਗਿਆ ਰਹਿੰਦਾ ਤੂੰ ਇਹਦੇ ਨਾਲ ਗੱਲਾਂ ਮਾਰ ਜੇ ਤੈਨੂੰ ਫਿਰ ਵੀ ਹੈ ਵੀ ਅਸੀਂ ਕੋਈ ਫੁਟੇਜ ਰੱਖਣੀ ਹੈ ਜਾਂ ਸਾਡੇ ਪਾ ਲਾ ਹਸੀਨ ਯਾਦਗਾਰ ਰੱਖਣਾ ਤੂੰ ਵਲੋਗ ਬਣਾ ਤੇ ਆਪਦੇ ਫੋਨ 'ਚ ਰੱਖ ਲਾ ਅਪਲੋਡ ਕਰਨ ਨੂੰ ਕਿਹਨੇ ਆਖਿਆ ਮੰਮੀ ਨੇ ਆਖਿਆ ਵੀ ਪਾਹ ਨਹੀਂ ਯਾਰ ਆਟਾ ਮੁੱਕੀ ਜਾਂਦਾ ਇਹਨਾਂ ਨੇ ਯਾਰ ਜਮ੍ਹਾਂ ਬੇੜਾ ਗਰਕ ਕਰਤਾ ਸਾਲੇ ਡਿਵੋਰਸ ਟ੍ਰੈਂਡ ਇਹਨਾਂ ਨੇ ਸ਼ੁਰੂ ਕੀਤੇ ਪ੍ਰੈਗਨੈਂਸੀਆਂ ਟ੍ਰੈਂਡ ਇਹਨਾਂ ਨੇ ਸ਼ੁਰੂ ਕੀਤੇ ਆ ਵੀ ਸ਼ਰਮ ਹੋਏ ਫਿਰਦੇ ਆ ਸਾਰੀ ਦੁਨੀਆ ਪਾਗਲ ਹੋਈ ਫਿਰਦੀ ਹੈ ਪ੍ਰੈਗਨੈਂਸੀਆਂ ਮਗਰ ਢਿੱਡ ਘੱਟ ਘੱਟ ਖੜੀਆਂ ਰਹਿਣਗੀਆਂ ਵੇਖੋ ਗਾਇ ਸਾਹਮਣੇ ਲਾ ਦੇਣਗੀਆਂ ਉੱਤੋਂ ਬਸ਼ਰਮ ਜਿੰਨਾ ਨਹੀਂ ਅੱਗੇ ਕਹਿੰਦੇ ਸਵਾ ਮਹੀਨਾ ਮੂੰਹ ਨਾ ਵਿਖਾਓ ਤੀਜੇ ਦਿਨ ਹੀ ਆ ਜਾਂਦੇ ਆ ਚੱਕ ਕੇ ਆਹ ਵੇਖ ਲਓ ਗਾਇਜ਼ ਮੇਰਾ ਮੂੰਹ ਜਵਾਕ ਦਲ ਹੈ ਅਰਨੋਲਡ ਜੰਮਿਆ ਭੈਣ ਦੇ ਯਾਰ
ਜੇ ਮੈਂ ਪ੍ਰੋਪਰ ਮੈਡੀਸਨ ਵਗੈਰਾ ਖੁਰਾਕ ਵਗੈਰਾ ਖਾਂਦੀ, ਮੋਮਸ ਨਾ ਖਾਂਦੀ, ਇਹ ਮੇਰੀ ਗਲਤੀ, ਮੈਂ ਮੰਨ ਰਹੀ ਹਾਂ। ਉੱਤੇ ਜਿਹੜਾ ਪਿੱਛੇ ਨਾਨ ਖਾਧਾ ਬੋਤਲ ਲਵਾਉਣ ਤੋਂ ਪਹਿਲਾਂ ਉਹਦੇ 'ਚ ਕੀ ਨਰ ਪਾਇਆ ਸੀ? ਸ਼ਰਮ ਹੋਏ ਫਿਰਦੇ ਆ, ਪਤਾ ਹੈ ਨਹੀਂ ਜ਼ਿੰਦਗੀ 'ਚ ਕਰਨਾ ਕੀ ਆ, ਬਸ ਭੌਂਕਣ ਦੇ ਲੱਕ ਬੰਨਿਆ ਹੋਇਆ। ਜੇ ਤੂੰ ਇੰਨਾ ਹੀ ਅਵੋਇਡ ਕਰਨਾ ਚਾਹੁੰਦੀ ਕੁਛ ਵੀ ਨਾ ਖਾ, ਇਹੀ ਤੂੰ ਰੋਟੀਆਂ ਚਾਰ ਘਰੋਂ ਪੈਕ ਕਰਾ ਕੇ ਤੁਰ ਲਾ, ਮੰਮੀ ਬਣਾ ਦੇ, ਭੈਣ ਹੈਗੀ ਇਹਦੀ, ਬਣਾ ਨਹੀਂ ਸਕਦਾ ਕੋਈ, ਇਹ ਆਪ ਲਾ ਲੇ ਬੁੱਗੜ ਜਾ। ਉਦੋਂ ਤਾਂ ਰਸੋਈ 'ਚ ਸਾਰੀ ਦਿਹਾੜੀ ਖੜਾ ਹੁੰਦਾ ਜਦੋਂ ਮੈਗੀ ਅਤੇ ਪਾਸਤੇ ਬੰਨੇ ਹੁੰਦੇ ਆ, ਉਦੋਂ ਨਹੀਂ ਇਹਨੂੰ ਥੱਕ ਆਉਂਦਾ। ਸੁੱਖ ਸੰਘੇੜਾ ਭੈਣ ਚੋ ਪੰਜਾਬੀ ਇੰਡਸਟਰੀ ਦਾ, ਇਹ ਸ਼ਰਮ ਨਹੀਂ ਆਉਂਦੀ ਸਾਲਾ, ਥੱਲੋਂ ਦੀ ਸ਼ੂਟ ਕਰੀ ਜਾਂਦਾ ਵੀ ਢਿੱਡ ਉੱਚਾ ਦਿਖੇ, ਸਰਾਣਾ ਪਾਲਾ ਇਹਦੇ 'ਚ ਨਹੀਂ ਜੰਮਿਆ ਹਜੇ ਤੇ ਚੰਗੀ ਤਰ੍ਹਾਂ ਯਾਰ। ਇੰਨਾ ਦੁਨੀਆਂ ਦਾ ਬੇੜਾ ਕਰਕੇ ਜੋ ਸਾਨੂੰ ਨਹੀਂ ਪਤਾ ਸੀਗਾ, ਭੈਣ ਚੋ ਜਣਾ ਖਾਣਾ ਉੱਠ ਕੇ ਵਲੋਗ ਬਣਾਉਣ ਲੱਗ ਜਾਂਦਾ, ਫਿਰ ਜਾਂ ਤਾਂ ਇਹਨਾਂ ਨੇ ਜਨਾਨੀ ਵਿਖਾਣੀ ਹੈ ਜਾਂ ਜਵਾਕ ਜੰਮਦਾ ਵਿਖਾਣਾ, ਜਾਂ ਇਹਨਾਂ ਨੇ ਡਿਵੋਰਸ ਹੀ ਲੈ ਲੈਣਾ, ਚਾਰ ਦਿਨ ਡਰਾਮੇ ਹੀ ਖਤਮ, ਅਤੇ ਜਾਂ ਮਾਰ ਦਿਓ ਭੈਣ ਚੋ ਅਗਲਾ ਮਰ ਗਈ ਹੈ। ਆਹ ਵੇਖ ਲਓ ਗੈਸ ਮਰ ਗਈ, ਆਹ ਪ੍ਰੈਂਕ ਕਰਦੀ ਪਈ ਹਾਂ, ਹੈਂ ਇੰਨਾ ਬੇੜਾ ਕਰਕੇ ਇਹਨਾਂ ਦਾ। ਹੋਰ ਘੁੱਸੇ ਨਾਲ ਮਿਲਾਉਂਦੇ ਹਾਂ, ਉਹ ਵੀ ਆਹੀ ਕੰਮਾਂ 'ਤੇ ਆਇਆ, ਕਿਉਂਕਿ ਉਹ ਵੀ ਇਹਦੇ ਕੈਟਾਗਰੀ 'ਚ ਹੀ ਹੈ। ਟਾਈਟਲ ਵੇਖ ਲਓ, ਵੇਟਿੰਗ ਫੋਰ ਬੇਬੀ, ਲੈ ਭੈਣ ਦੇ ਯਾਰ ਟਰਮੀਨਲ 1 'ਤੇ ਉਤਰ ਹੀ ਜਾਂਦਾ, ਉਹ ਕਿੱਥੋਂ ਆਈ ਜਾਂਦਾ ਬੇਬੀ, ਸ਼ਰਮ ਨਹੀਂ ਜਮਾ ਭੈਣ 'ਚੋਂ। ਇਹਨੇ ਪਿੱਛੇ ਭੈਣ ਦਾ ਰਿਸ਼ਤਾ ਕੀਤਾ, 15 ਦਿਨ ਜੀਜੇ ਥੰਮਣੇ ਲਾਈ ਗਿਆ ਬੇਸ਼ਰਮ ਜਿਹਾ ਇਹ, ਸਾਲਿਓ ਕੁਛ ਤਾਂ ਜ਼ਿੰਦਗੀ 'ਚ ਪ੍ਰਾਈਵੇਟ ਰੱਖ ਲਓ। ਜਨਾਨੀ ਦੇ ਢਿੱਡ 'ਤੇ ਹੀ ਹੱਥ ਫੇਰੀ ਜਾਂਦਾ ਹੁੰਦਾ ਵੀ ਦੱਸ ਕੀ ਰੁਮਾਲੀ ਰੋਟੀ ਬਣਦੀ ਪਈ ਆ। ਛਿੱਕੂ ਕਰੂਗੀ, ਹੁਣ ਤਾਂ ਭਾਰੀ ਹੋਈ ਪਈ ਹੈ, ਜਨਾਨੀਆਂ ਖੜਾ ਲਓ, ਆਪ ਖੜੇ ਰਹੋ ਜੇ ਪੰਜ ਹੱਥ ਪਾ ਕੇ, ਇਹ ਨੱਚਣ ਇਹਨਾਂ ਦੇ ਮੂੰਹ ਨੂੰ ਵਿਊ ਆਉਂਦੇ ਆ, ਸਾਨੂੰ ਕੌਣ ਵੇਖਦਾ, ਅਸੀਂ ਤਾਂ ਪਿਲਪਲੇ ਹੈਗੇ ਹਾਂ। ਪਾ ਇਕੱਲਾ ਰੀਲ, ਤੇਰੀ ਰੀਲ ਨੂੰ ਆਵੇ ਕੋਈ 25,000 ਵਿਊ, ਮੰਨੀਏ ਤੇਰੇ 'ਚ ਵੀ ਟੈਲੈਂਟ ਆ ਕੋਈ, ਉਹਦੇ 'ਚ ਵੀ ਇਹਨੇ ਗੰਦ ਮਾਰ ਦੇਣਾ, ਪਿੱਛੇ ਜਨਾਨੀ ਵਿਖਦੀ ਹੋਣੀ ਹੈ। ਕਿਹੜੀਆਂ ਕਸਮਾਂ ਭੈਣ 'ਚ, ਇਹ ਤਾਂ ਕੁਛ ਹੋਰ ਹੀ ਬਣਾਈ ਜਾਂਦੀ ਹੈ, ਕਸਮਾਂ ਪਾਈਏ ਪਿਆਰ ਦੀਆਂ, ਇਹ ਪਿਆਰ ਤੋਂ ਬਾਅਦ ਦੀਆਂ ਕਸਮਾਂ ਜਿਹੜੀਆਂ ਪਾਈ ਬੈਠੀ ਹੈ ਤੂੰ, ਆ ਕਸਮਾਂ ਦੇ ਨਤੀਜੇ ਵਿਕਦੇ ਆ। ਮੈਂ ਉਹਨੂੰ ਜਾਣ ਸਕਦੀ ਹਾਂ, 8 ਮੰਥ ਦੀ ਜਰਨੀ ਵਿਖਾਈ ਜਾਂਦੀ ਹੈ, ਦੱਸ ਭੈਣ 'ਚ ਕਿੱਡੀ ਕਲਪਨਾ ਚਾਵਲਾ ਬਾਹਰ ਆਉਣ ਲੱਗੀ ਹੈ, ਦੱਸ ਵੀ ਜਿਹੜੀ ਸਾਰੀ ਜਰਨੀ ਵਿਖਾਣੀ। ਠੀਕ ਹੈ ਯਾਰ, ਤੁਹਾਡੇ ਜਵਾਕ ਜੰਮਣਾ, ਤੁਸੀਂ ਪ੍ਰੈਗਨੈਂਸੀ ਸਟੋਰੀ ਬਣਾਓ, ਉੱਦਾਂ ਆਪਦੀ ਜ਼ਿੰਦਗੀ ਸਾਂਭ ਕੇ ਰੱਖ ਲਓ, ਜਾਂ ਉੱਦਾਂ ਵੀਡੀਓ ਫੁਟੇਜ ਬਣਾ ਕੇ ਆਪਦੇ ਕੋਲ ਸਾਂਭ ਕੇ ਰੱਖ ਲਓ, ਨੈੱਟ 'ਤੇ ਵਿਖਾਉਣੀ ਜ਼ਰੂਰੀ ਹੈ। ਪਹਿਲਾਂ ਜਵਾਕ ਹੁੰਦਾ 100-100 ਮਹੀਨਾ ਮੂੰਹ ਨਹੀਂ ਵਿਖਾਉਂਦੇ ਸੀ, ਇਹ ਦੂਜੇ ਤੋਂ ਹੀ ਮੂੰਹ ਚੱਕ ਕੇ ਲੱਗ ਜਾਂਦੇ ਵਿਖਾਉਣ, ਕਿਉਂਕਿ ਉਦੋਂ ਤਾਂ ਫਿਰ ਵਿਊ ਮਰ ਜਾਣਗੇ। ਤੂੰ ਇੱਕ ਚੀਜ਼ ਵੇਖ ਲਓ, ਜਿੰਨਿਆਂ ਦੇ ਜਵਾਕ ਹੋਏ ਉਹਨਾਂ ਦੇ ਵਿਊ ਆਉਂਦੇ, ਉਦੋਂ ਬਾਅਦ ਫਿਰ ਕੁਛ ਮਰਜ਼ੀ ਵੀਡੀਓ ਵਿਊ ਪਾਈ ਜਾਓ, ਕੋਈ ਵਿਊ ਨਹੀਂ ਆਉਂਦਾ ਉਹਨਾਂ ਦੇ। ਇੱਕ ਚੀਜ਼ ਵੇਖ ਲਓ, ਕੋਈ ਇਹੋ ਜਿਹੀ ਲੀਰ ਨਹੀਂ ਜਿਹਨੇ ਜਵਾਕ ਦੀ ਵੀਡੀਓ ਨਾ ਪਾਈ ਹੋਵੇ। ਆ ਕੁੱਲੜ ਸੀਗਾ, ਉਹਨੇ ਮੂੰਹ ਵਿਖਾਤਾ, ਹੁਣ ਪਤਾ ਜਦੋਂ ਮੈਂ ਜਮ੍ਹਾਂ ਫਲੋਪ ਹੋ ਗਿਆ ਉਦੋਂ ਮੂੰਹ ਵਿਖਾਊਂਗਾ, ਉਹਨਾਂ ਚਿਰ ਮੈਂ ਵਿਊ ਨਹੀਂ ਵਿਖਾਉਣਾ। ਨਾ ਨਾ ਨਾ, ਮੈਂ ਨਹੀਂ ਮੂੰਹ ਵਿਖਾਉਣਾ, ਜਿੰਨਿਆਂ ਨੇ ਜਵਾਕ ਜੰਮਿਆ ਸਾਰਿਆਂ ਨੇ ਵਿਊ ਖਾਧੇ, ਉਦੋਂ ਬਾਅਦ ਫਿਰ ਬੁਲਦੇ ਫਿਰਦੇ, ਕਿੰਨੇ ਕੁ ਜੰਮ ਲਓਗੇ, ਸਾਰੀ ਉਮਰ ਜੰਮੀ ਜਾਓਗੇ। ਇਹਨਾਂ ਨੇ ਕਹਿਣਾ ਵਿਹਲੇ ਹੀ ਹੈ, ਕੀ ਕਰਨਾ, ਕੋਲੀ ਪਲਾ ਕੇ ਲੱਗ ਜਾ ਕਰਾਂਗੇ, ਲਾਈਟ ਤਾਂ ਗਈ ਰਹਿੰਦੀ ਇੱਥੇ। ਉਹ ਤੈਨੂੰ ਮੈਂ ਕਿਹਾ ਚਾਹ ਬਣਾ ਲੈ, ਤੂੰ ਅੰਦਰ ਕੀ ਕਰਨੀ ਬੈਠੀ,
ਯਾਰ ਮੈਂ ਜੌਬ ਕਰ ਰਹੀ ਆ, ਤੁਸੀਂ ਚਾਹ ਖੁਦ ਬਣਾ ਸਕਦੇ ਹੋ। ਯਾਰ ਕਿਹੜੀ ਜੌਬ ਕਰ ਰਹੀ ਆ ਤੂੰ? ਮੈਂ ਵਰਕ ਫਰੋਮ ਹੋਮ ਕਰ ਰਹੀ ਆ। ਉਹ ਕਿਵੇਂ? ਤੁਸੀਂ ਏਟਿੰਗ ਘੋੜੇ ਭਜਾਉਣੇ ਸਿਖਾਉਂਦੀ ਆ ਫੋਨ ਚ, ਤੁਸੀਂ ਵੀ ਭਜਾਓ ਘੋੜੇ। ਕਿਉਂ ਕੂਸੀਆਂ ਭਰੀ ਜਾਂਦੇ ਹੋ ਵਰਕ ਫਰੋਮ ਹੋਮ? ਲੋਕ ਪਾਗਲ ਆ ਜਿਹੜੇ ਇੰਟਰਵਿਊ ਕਰ ਕਰ ਭੈਣ ਚੋ ਏਡੇ ਗੜਗਾਉਂ ਵਰਗੇ ਸ਼ਹਿਰਾਂ ਚ ਜੌਬਾਂ ਕਰਨ ਜਾਂਦੇ ਆ। ਵਰਕ ਫਰੋਮ ਹੋਮ ਕੀ ਆ? ਤੇ ਕੱਟਣਾ ਸਿਖਾਉਣੀ ਆ, ਐਵੇਂ ਨਾ ਕੂਸੀਆਂ ਭਰਿਆ ਕਰੋ। ਜੇ ਇੰਨਾ ਹੀ ਤੁਹਾਨੂੰ ਪਤਾ ਵਰਕ ਫਰੋਮ ਹੋਮ ਨਾਲ ਪੈਸੇ ਆਉਂਦੇ ਆ, ਤਾਂ ਅੰਨੀ ਤਾਂ ਤੁਸੀਂ ਕਿਉਂ ਕੂਸੀਆਂ ਭਰੀ ਜਾਂਦੇ ਜਵਾਕ ਜੰਮਣ ਵਾਲੀ? ਜਾਓ ਜਾ ਕੇ ਕਰੋ ਵਰਕ ਫਰੋਮ ਹੋਮ, ਹੁੰਦਾ ਨਹੀਂ ਤੁਹਾਡੇ ਕੋਲੋਂ। ਹੈਲੋ ਗਾਈਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਰ ਕਿਸੇ ਦੀ ਲਾਈਫ 'ਚ ਪ੍ਰੋਬਲਮ ਚੱਲਦੀ ਹੁੰਦੀ ਆ, ਜਿਵੇਂ ਲਵ ਦੇ ਰਿਲੇਟਡ ਪ੍ਰੋਬਲਮ ਹੋਵੇ, ਤੁਸੀਂ ਲਵ ਮੈਰਿਜ ਕਰਾਉਣਾ ਚਾਹੁੰਦੇ ਹੋ, ਤੁਹਾਡੀ ਲਵ ਮੈਰਿਜ ਨਹੀਂ ਹੋ ਰਹੀ, ਹਸਬੈਂਡ ਵਾਈਫ 'ਚ ਨੋਕ ਚੋਕ, ਜੀ ਐ ਬੀ ਐਫ ਦਾ ਬ੍ਰੇਕਅਪ ਹੋ ਚੁੱਕਾ ਹੈ, ਤੁਸੀਂ ਬੇਬੀ ਪਲੈਨ ਕਰਨਾ ਚਾਹੁੰਦੇ ਹੋ, ਜਾਂ ਘਰ ਵਿੱਚ ਲੜਾਈ ਝਗੜੇ ਹੋ, ਤੁਸੀਂ ਸੁਲਝਣਾ ਚਾਹੁੰਦੇ ਹੋ, ਤਾਂ ਮਨੀਸ਼ਾ ਇੱਕ ਪੰਡਿਤ ਜੀ ਦਾ ਵਟਸਐਪ ਲਿੰਕ ਦਿੱਤਾ ਹੋਇਆ, ਲਿੰਕ 'ਤੇ ਟਾਈਪ ਕਰਕੇ ਤੁਸੀਂ ਆਕਣਾ। ਜੇ ਬੇਬੀ ਪਲੈਨ ਨਹੀਂ ਹੁੰਦਾ, ਫਿਰ ਕੀ ਭਾਜੀ ਕੋਲ ਲੈ ਜਾਓ, ਭਾਜੀ ਕੀ ਕਾਰਵਾਈ ਪਾ ਕੇ ਦੇ ਦਿੰਦੇ ਅਗਲੀ ਵੀ ਕਿਵੇਂ ਪਲੈਨ ਕਰਨਾ ਹੈ। ਨਹੀਂ ਨਹੀਂ ਮੈਂ ਹੀ ਕਰ ਦਿੰਦਾ, ਕੋਈ ਚੱਕਰ ਨਹੀਂ ਤੁਹਾਡੇ ਕੋਲ ਨਹੀਂ ਹੁੰਦਾ ਪਿਆ ਤਾਂ। ਕੀ ਬਸ਼ਰਮ ਜਨਾਨੀ ਵਾਲੇ ਕੰਮ ਫੜੇ ਆ ਤੁਸੀਂ, ਭੈਣ 'ਚ ਚੱਜ ਦੀ ਕੋਈ ਐਡ ਕਰ ਲਓ। ਅਤੇ ਇੰਨੀਆਂ ਘੁੱਸੀਆਂ ਭਰੀ ਜਾਂਦੇ ਸੀ, ਇੱਕ ਹੋਰ ਆ ਗਿਆ ਗੋਪੀ, ਨਹੀਂ ਨਹੀਂ ਕੁੱਲੜ ਪੀਜੀ ਵਾਲਾ ਨਹੀਂ, ਗੋਪੀ ਖਾਪਰ ਖੇੜੀ ਵਾਲਾ। ਉਹਨੇ ਵੀ ਥੰਬਨੇਲ ਵੇਖ ਲਓ ਲਾਇਆ, ਲੈ ਪ੍ਰੈਗਨੈਂਸੀ ਡਿਲੀਵਰੀ ਡੇਟ, ਸਾਲ ਐਮਾਜੋਨ ਤੋਂ ਪ੍ਰੈਸ ਮੰਗਾਈ ਆ। ਕੀ ਗੱਲਾਂ ਇਹ, ਤੁਹਾਨੂੰ ਸ਼ਰਮ ਨਹੀਂ ਆਉਂਦੀ ਬੋਲਣ ਲੱਗੇ? ਮੈਨੂੰ ਸਮਝ ਨਹੀਂ, ਇੰਨੇ ਪੈਦਲ ਕਿਉਂ? ਚੰਗਾ ਭਲਾ ਬੋਕ ਜਿੱਡਾ ਯਾਰ, ਤੈਨੂੰ ਤਾਂ ਅਕਲ ਹੋਣੀ ਚਾਹੀਦੀ ਗੋਪੀ ਯਾਰ, ਤੂੰ ਵੀ ਦੀਮ ਥਾੜੂ ਵਰਗਾ ਬਣੀ ਇਹਨਾਂ ਨਾਲ ਰਹਿ ਕੇ ਉਹਦੇ। ਇਹ ਮੇਨ ਰੀਜ਼ਨ ਸੀਗਾ ਤੇ ਮੈਂ ਪ੍ਰੈਗਨੈਂਟ ਨਹੀਂ ਹੈਗੀ, ਠੀਕ ਹੈ। ਵੀ ਵੀਰ ਭਾਬੀ ਘੁੱਸੀਆਂ ਭਰੀ ਜਾਂਦੀ ਹੈ, ਜੇ ਪ੍ਰੈਗਨੈਂਟ ਨਹੀਂ ਹੈ ਤਾਂ ਥੰਬਨੇਲ ਲਾਉਣ ਦੀ ਕੀ ਲੋੜ ਪਈ ਸੀ? ਜੇ ਤੁਹਾਨੂੰ ਪਤਾ ਕੋਈ ਪ੍ਰੋਬਲਮ ਆ ਦੀ ਸਾਂਭ ਕੇ ਰੱਖੋ। ਲੋਕ ਆਪਦਾ ਦੁੱਖ ਸਾਂਭ ਕੇ ਰੱਖਦੇ ਸੀ, ਅੱਜ ਸਾਰਾ ਕੁਛ ਨੈੱਟ ਦੇ ਭੌਂਕੀ ਜਾਂਦੇ ਆ, ਮਾੜੀ ਜਿਹੀ ਗੱਲ ਹੋ ਜਾਂਦੀ ਐਡਾ ਬਣਾ ਕੇ ਪੇਸ਼ ਕਰ ਦਿੰਦੇ ਆ, ਫਿਰ ਐਡਾ ਹੀ ਫਸਦਾ ਇਹਨਾਂ ਦੇ। ਪਹਿਲਾਂ ਟਾਈਮ ਹੁੰਦਾ ਸੀ ਲੋਕ ਰੱਬ ਦਾ ਨਾਂ ਜਪਦੇ ਸੀ, ਵਧੀਆ ਸਿਆਣੇ, ਚੱਲ ਠੀਕ ਹੈ ਯਾਰ ਜਵਾਕ ਹੋਣ ਵਾਲਾ ਪ੍ਰੈਗਨੈਂਟ ਹੈ ਜਨਾਨੀ, ਤੂੰ 10 ਮਿੰਟ ਪਾਠ ਸੁਣਿਆ ਕਰ, 20 ਮਿੰਟ ਰੱਬ ਦਾ ਨਾਂ ਲਿਆ ਕਰ। ਹੁਣ ਨਹੀਂ, ਤੂੰ 10 ਮਿੰਟ ਵਲੋਗ ਬਣਾਇਆ ਕਰ, 10 ਮਿੰਟ ਸ਼ੋਰਟਸ 'ਤੇ ਵੀਡੀਓ ਪਾਇਆ ਕਰ, ਢਿੱਡ ਐਂ ਕਰਕੇ ਖੜਿਆ ਕਰ। 5ਵਾਂ ਮਹੀਨਾ ਲੱਗਿਆ ਹੁੰਦਾ, ਨੋਵਾਂ ਲਵਾ ਲੈਂਦੀਆਂ ਕੁੱਬ ਕੱਢ ਕੱਢ ਕੇ, ਸ਼ਰਮ ਨਹੀਂ ਆਉਂਦੇ ਇਹਨੂੰ, ਗੰਦ ਪਾਇਆ ਇਹਨਾਂ ਨੇ। ਸੋ ਅੱਜ ਦੇ ਲਈ ਇੰਨਾ ਯਾਰ, ਵੀਡੀਓ ਲਾਈਕ ਮਾਰ ਕੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ, ਪਰ ਤੁਹਾਨੂੰ ਅਕਲ ਚਾਹੀਦੀ ਹੈ, ਠੀਕ ਆ? ਪ੍ਰੈਗਨੈਂਸੀ ਜਰਨੀ ਹੈ ਤੁਹਾਡੀ, ਇਹਨੂੰ ਬਣਾਓ ਵੀਡੀਓ, ਆਪਦੇ ਫੋਨ 'ਚ ਸਾਂਭ ਕੇ ਰੱਖੋ। ਸਾਲੇ ਸ਼ਰਮ ਨਹੀਂ ਆਉਂਦੀ ਜਨਾਨੀ ਦੇ ਢਿੱਡਾਂ ਤੋਂ ਫੋਨ ਲਾ ਲਾ ਕੇ ਵਿਊ ਖਾਣ 'ਤੇ ਇਹਨਾਂ ਨੂੰ। ਬਾਏ, ਸਬਸਕ੍ਰਾਈਬ ਕਰ ਦੇ ਚੈਨਲ ਨੂੰ, ਅਤੇ ਗੋਪੀ ਯਾਰ ਤੇਰਾ ਵੀ